ਝੂਲ ਦੇ ਹੀ ਰਹਿਣਗੇ ਨਿਸ਼ਾਨ ਕੇਸਰੀ ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ ਝੂਲ ਦੇ ਹੀ ਰਹਿਣਗੇ ਨਿਸ਼ਾਨ ਕੇਸਰੀ ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ ਬਾਦਸ਼ਾਹੋ ਬਾਦਸ਼ਾਹ ਨੇ ਸਰਬੰਸ ਸਵਾਰਿਆ ਖੰਡੇ ਵਾਲੀ ਧਰ ਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੇ ਵੱਲੋਂ ਖਾਲਸਾ ਡੇ ਪਰੇਡ ਆਯੋਜਿਤ ਕੀਤੀ ਜਾ ਰਹੀ ਹੈ। ਮਿਤੀ 21 ਅਪ੍ਰੈਲ 2018 ਦਿਨ ਸ਼ਨੀਵਾਰ ਨੂੰ ਨਗਰ ਕੀਰਤਨ ਰੂਪ ਦੇ ਵਿੱਚ ਇਹ ਖਾਲਸਾ ਡੇ ਪਰੇਡ ਸਵੇਰੇ 9:30 ਵਜੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ BC ਤੋਂ ਸ਼ੁਰੂ ਹੋਵੇਗੀ। ਪਿਛਲੇ ਸਾਲ ਵਾਲੇ ਰੂਟ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਡੇ ਪਰੇਡ ਦਾ ਸਪੈਸ਼ਲ ਟੈਲੀਕਾਸਟ ਦਿਖਾਇਆ ਜਾਵੇਗਾ। Thanks for watching.